ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜੇ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਨ ਤੇ ਗੱਲਬਾਤ ਕਰਦੇ ਅੰਜੇ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਬਾਦ ਦੇ ਅੰਜੇ ਹੁਣ ਦੀ ਪਹਿਲੀ ਵੱਡੀ ਖਬਰ ਦੇ ਬਲ ਪੰਜਾਬ ਪੁਲ ਦੇ ਵਰਦੇ ਦੇ ਵਿੱਚ ਆ ਵੀਡੀਓ ਅਪਲੋਡ ਕਰਨ ਵਾਲੇ ਸਾਵਧਾਨ ਹੋ ਸਕਦੇ ਹਨ ਸਖਤ ਕਾਰਵਾਈ ਤਾਂ ਦੋਸਤੋ ਇਨਨੇ ਦਿਨੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਜਾਂ ਬਣਾ ਕੇ ਅਪਲੋਡ ਕਰਨ ਦਾ ਕਾਫੀ ਰੁਝਾਨ ਹੈ ਅੱਜਕੱਲ ਲਗਭਗ ਹਰ ਵਿਅਕਤੀ ਸੋਸ਼ਲ ਮੀਡੀਆ ਤੇ ਸਮਾਂ ਬਤਾਉਂਦਾ ਹੈ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਸਮਲਾਜਮ ਵੀ ਪਿੱਛੇ ਨਹੀਂ ਹਨ ਉਹ ਵੀ ਬਾਰਦੇ ਦੇ ਵਿੱਚ ਡਾਂਸ ਆਦਿ ਦੀਆਂ ਵੀਡੀਓ ਜਾਂ ਅਪਲੋਡ ਕਰਦੇ ਰਹਿੰਦੇ ਹਨ ਤੇ ਇਸ ਦੇ ਨਾਲ ਹੀ ਸੋਸ਼ਲ ਮੀਡੀਆ ਤੇ ਅਜਿਹੀਆਂ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਹਨ ਤੇ ਜਿਨ੍ਹਾਂ ਦੇ ਵਿੱਚ ਪੁਲਸ ਦੇ ਬਾਰਦੇ ਦੇ ਵਿੱਚ ਆਮ ਲੋਕ ਵੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਕਰਨ ਅਤੇ ਇਹਨਾਂ ਸਾਰੇ ਮਾਮਲਿਆਂ ਨੂੰ ਗੰਭੀਰਤਾ ਦੇ ਨਾਲ ਲੈਂਦੇ ਆਂ। ਡੀਜੀਪੀ ਦਫ਼ਤਰ ਪੰਜਾਬ ਨੇ ਜਾਂਚ ਦੀ ਜ਼ਿੰਮੇਵਾਰੀ ਸਾਈਬਰ ਬੈਂਗ ਨੂੰ ਸੌਂਪ ਦਿੱਤੀ ਹੈ ਜੋ ਕਿ ਅਜਾਹੇ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਪਛਾਣ ਕਰਕੇ ਕਾਰਵਾਈ ਕਰੇਗਾ ਉਸ ਤੋਂ ਇਲਾਵਾ ਪੁਲਸ ਦੀ ਭਾਰਤੀ ਪਾਕੇ ਸੋਸ਼ਲ ਮੀਡੀਆ ਤੇ ਵੀਡੀਓ ਪੋਸਟ ਕਰਨ ਵਾਲੇ ਆਮ ਲੋਕਾਂ ਨੇ ਵਿਰੁੱਧ ਵੀ ਕਾਨੂੰਨੀ ਕਾਰਵਾਈ ਦੇਕ ਕਰਨ ਦੇ ਨਿਰਦੇਸ਼ ਜਿਹੜੇ ਦਿੱਤੇ ਗਏ ਹਨ ਤੇ ਸਾਈਬਰ ਬੈਂਗ ਇਹਦੇ ਜਾਂਚ ਕਰੇਗਾ ਤੇ ਅਜਿਹੇ ਕਰਮਚਾਰੀਆਂ ਦੀ ਸੂਚੀ ਤਿਆਰ ਕਰੇਗਾ ਜੋ ਕਿ ਸੋਸ਼ਲ ਮੀਡੀਆ ਤੇ ਅਜਿਹੇ ਵੀਡੀਓਜ਼ ਅਪਲੋਡ ਕਰਦੇ ਹਨ ਤੇ ਇਹ ਸੂਚੀ ਡੀਜੀਪੀ ਨੂੰ ਸੌਂਪੀ ਜਾਵੇਗੀ ਉਸ ਤੋਂ ਬਾਅਦ ਡੀਜੀਪੀ ਅਗਲਾ ਫੈਸਲਾ ਲੈਣਗੇ ਅਗਲੀ ਖਬਰ ਹੈ ਨੈਸ਼ਨਲ ਹਾਈਵੇ ਨੂੰ ਲੈ ਕੇ ਤਾਜ਼ਾ ਅਪਡੇਟ ਕਿ ਸਨ ਦੇ ਵੱਲੋਂ ਦਿੱਤੀ ਗਈ ਇਹ ਚੇਤਾਵਨੀ ਕਿ ਕਿਸਾਨਾਂ ਦੇ ਵੱਲੋਂ ਧੰਨ ਵਾਲੀ ਨੇੜੇ ਨੈਸ਼ਨਲ ਹਾਈਵੇ ਤੇ ਧਰਨਾ ਅੱਜ ਵੀ ਜਾਰੀ ਹੈ ਜਾਣਕਾਰੀ ਮਿਲੀ ਹੈ ਕਿ ਕਿਸਾਨਾਂ ਨੂੰ ਅੱਜ ਦੁਪਹਿਰਾ 12 ਵਜੇ ਸਰਕਾਰ ਦੇ ਨਾਲ ਗੱਲਬਾਤ ਦਾ ਸੱਦਾ ਮਿਲਿਆ ਪਰ ਦਰਸ਼ਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਦੇ ਨਾਲ ਗੱਲਬਾਤ ਸਫਲ ਹੁੰਦੀ ਹੈ ਤਾਂ ਧਰਨਾ ਚੁੱਕਿਆ ਜਾਵੇਗਾ ਨਹੀਂ ਤਾਂ ਉਹ ਨੈਸ਼ਨਲ ਹਾਈਵੇ ਤੇ ਧਰਨਾ ਜਾਰੀ ਰੱਖਣਗੇ ਤੇ ਰੇਲ ਆਵਾਜਾਈ ਵੀ ਠੱਪ ਕਰਨਗੇ ਦੱਸਦੇ ਕਿ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਰਾਤ ਭਰ ਧਰਨਾ ਜਾਰੀ ਰੱਖਿਆ ਜਿਸ ਦੇ ਕਾਰਨ ਹਜ਼ਾਰਾਂ ਲੋਕਾਂ ਦਾ ਟ੍ਰੈਫਿਕ ਦਾ ਜਮ ਦੇ ਵਿੱਚ ਫਸਰੇ ਮਰੀਜ਼ਾਂ ਨੂੰ ਲਿਜਾਣ ਵਾਲੀਆਂ ਐਂਬੂਲੈਂਸਾਂ ਵੀ ਜਮ ਦੇ ਵਿੱਚ ਫਸੀਆਂ ਰਹੀਆਂ ਟ੍ਰੈਫਿਕ ਜਮ ਦੇ ਕਾਰਨ ਬਸਾਂ ਦੇ ਵਿੱਚ ਸਫਰ ਕਰਨ ਵਾਲੇ ਮੁਸਾਫਰਾਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਬਸਾਂ ਵੀ ਸਟੈਂਡ ਤੋਂ ਬਾਹਰ ਨਹੀਂ ਨਿਕਲ ਸਕੀਆਂ ਹਾਲਾਂਕਿ ਦੂਮੇ ਪਾਸੇ ਤੋਂ ਸਰਵਸਾ ਲਾਈਨਾਂ ਖੁੱਲੀਆਂ ਸਨ ਪਰ ਹਾਈਵੇ ਦਾ ਰਸਤਾ ਪੂਰੀ ਤਰ੍ਹਾਂ ਬੰਦ ਸੀ ਫਗਵਾੜਾ ਦੇ ਵੱਲ ਜਾਣ ਵਾਲੇ ਲੋਕਾਂ ਨੂੰ ਕੈਂਟਾ ਰੋਡ ਤੋਂ ਲੰਘਣਾ ਪਿਆ ਪਰ ਅੱਗੇ ਜਾ ਕੇ ਉਹ ਫਿਰ ਜਾਮ ਦੇ ਵਿੱਚ ਆ ਫਸ ਗਏ ਜਾਮ ਦੇ ਕਾਰਨ ਲੋਕਾਂ ਦਾ ਬੜੀ ਨੁਕਸਾਨ ਹੋਇਆ ਹੈ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹੰਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਘੰਟਾਲ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸੂਫੀ ਗਾਇਕਾ ਕੰਬਰ ਗਰੇਵਾਲ ਨੂੰ ਵੱਡਾ ਝਟਕਾ ਮਾਤਾ ਮਨਜੀਤ ਕੌਰ ਦਾ ਹੋਇਆ ਦਿਹਾਂਤ ਮਸ਼ਹੂਰਾ ਪੰਜਾਬੀ ਸੂਫੀ ਗਾਇਕਾ ਕੰਬਰ ਗਰੇਵਾਲ ਨੂੰ ਵੱਡਾ ਸਦਮਾ ਲੱਗਾ ਦਰਸਾਲਾ ਗਾਇਕ ਦੀ ਮਾਤਾ ਮਨਜੀਤ ਕੌਰ ਦਾ ਦਿਹਾਂਤ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਮਾਤਾ ਲੰਬੇ ਸਮੇਂ ਤੋਂ ਬਿਮਾਰ ਸਨ ਅਤੇ ਉਹਨਾਂ ਨੂੰ ਮਹਾਲੀ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਪਰ ਬੀਤੀ ਰਾਤ ਮਾਤਾ ਮਨਜੀਤ ਕੌਰ ਦੀ ਮੌਤ ਹੋ ਗਈ ਜਾਣਕਾਰੀ ਦੇ ਮੁਤਾਬਕ ਕਨਵਾਰਾ ਗਰੇਵਾਲ ਦੇ ਮਾਤਾ ਮਨਜੀਤ ਘੋੜ ਪਹਿਲਾ ਕੈਂਸਰ ਦੀ ਬਿਮਾਰੀ ਤੋਂ ਪੀੜਤ ਸੀ ਅਤੇ ਉਸ ਤੋਂ ਬਾਅਦ ਫਿਰ ਬਿਲਕੁਲ ਤੰਦਰੁਸਤ ਹੋ ਚੁੱਕੀ ਸੀ ਪਰ ਅਚਾਨਕ ਜਦੋਂ ਤਬੀਅਤ ਵਿਗੜੀ ਤਾਂ ਮਹਾਲੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ। ਐਸਾ ਦਰਨ ਬੀਤ ਰਾਤ ਉਹ ਦੁਨੀਆ ਨੂੰ ਅਲਵਦਾ ਕਹਿ ਗਏ। ਅਗਲੀ ਖਬਰ ਹੈ ਬਿਜਲੀ ਵਿਭਾਗ ਨੇ ਵਪਾਰੀਆਂ ਦੇ ਸਹਾਇਤਾ ਦੇ ਲਈ ਹੈਲਪਲਾਈਨ ਨੰਬਰ ਕੀਤੇ ਜਾਰੀ ਇਹਨਾਂ ਮੁਸ਼ਕਲਾਂ ਦਾ ਹੋਵੇਗਾ ਘਰ ਬੈਠੇ ਹੱਲ। ਅਧਿਉਗਕਾ ਖੇਤਰ ਦੇ ਲਈ ਸਬਾਵਨ ਨੂੰ ਤਰਜੀਹ ਦੇਣਾ ਤੇ ਸੁਚਾਰੂ ਬਣਾਉਣ ਦੇ ਲਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਇੱਕ ਸਮਰਪਿਤ ਸੈਲਾ ਅਧਿਉਗਕਾ ਸੂਲਾਤਾ ਸਲ ਦੇ ਸ਼ੁਰੂਆਤ ਕੀਤੀ ਹੈ ਜਿਹਦੇ ਪੀਐਸਪੀਸੀਐਲ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਨੇ ਦਫ਼ਤਰ ਦੁਆਰਾ ਨਿਗਰਾਨੀ ਕੀਤੀ ਜਾਵੇਗੀ ਐਸਪੈਲ ਕਾਦਮੀ ਦਾ ਉਦੇਸ਼ ਹੈ ਉਦਯੋਗ ਪਤਾਂ ਨੂੰ ਨਵੇਂ ਕਨੈਕਸ਼ਨ ਜਾਰੀ ਕਰਨ ਲੋਡ ਵਧਾਉਣਾ ਤੇ ਵਿਲੇ ਦੇ ਨਾਲ ਸੰਬੰਧਤ ਹੋਰ ਮਾਮਲਿਆਂ ਦੇ ਨਾਲ ਸਬੰਧਤ ਆ ਮੁੱਦਿਆਂ ਨੂੰ ਤੁਰੰਤ ਹੱਲ ਕਰਨਾ ਹੈ ਐਫਐਸਸੀ ਦੁਆਰਾ ਪੇਸ਼ ਕੀਤੀਆਂ ਜਾਣ ਵਾਲੀਆਂ ਨਵੀਆਂ ਸੇਵਾਵਾਂ ਬਾਰੇ ਵਿਸਤਾਰ ਦੇ ਵਿੱਚ ਦੱਸ ਦਿਆਂ ਵਿੱਲੀ ਮੰਤਰੀ ਨੇ ਕਹਿ ਕੇ ਇੱਕ ਸਮਰਪਿਤ ਹੈਲਪਲਾਈਨ WhatsApp ਨੰਬਰ 964619141 ਅਤੇ ਇੱਕ ਈਮੇਲ ਪਤਾ industrial/sales@pspcl.in ਲਾਂਚ ਕੀਤਾ ਗਿਆ ਹੈ ਉਹਨਾਂ ਨੇ ਕਹਿ ਕੇ ਐਸ ਸੰਚਾਰ ਮਾਧਿਅਮਾਂ ਅਰਯੋਗ ਪੱਤਿਆਂ ਤੇ ਐਫਐਸਸੀ ਦਰਮਿਆਨ ਨਿਰਪਗਣ ਗੱਲਬਾਤ ਦੀ ਸੂਲਤਾ ਪ੍ਰਦਾਨ ਕਰਨਗੇ ਅਮਰਤਪਾਲ ਸੰਘ ਦੇ ਖਾਸ ਸਾਥੀ ਕਲਸੀ ਨੂੰ ਹਾਈ ਕੋਰਟ ਤੋਂ ਲੱਗਿਆ ਵੱਡਾ ਝਟਕਾ ਮਾਨ ਸਰਕਾਰ ਨੇ ਰੱਖਿਆ ਸੀ ਇਹ ਤਰਕ ਐਨਐਸਏ ਤਹਿਤ ਆਸਾਮ ਦੇ ਡਿਬਰਗੜ੍ਹ ਜ਼ਿਲ੍ਹੇ ਵਿੱਚ ਬੰਦ ਅਮਰਤਪਾਲ ਸੰਘ ਦੇ ਸਾਥੀ ਸਰਬਜੀਤ ਅਰਫਾ ਦਲਜੀਤਾਂ ਕਲਸੀ ਨੂੰ ਵੱਡਾ ਝਟਕਾ ਲੱਗਾ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਦਲਜੀਤ ਅਕਲਸਿੱਧ ਅਸਪਾਰਟਿਸ਼ਨ ਨੂੰ ਖਾਰਜ ਕਰ ਦਿੱਤਾ ਜਿਸ ਵਿੱਚ ਉਸਨੇ ਆਪਣੀ ਗ੍ਰਫਤਾਰੀ ਨੂੰ ਗੈਰ ਕਾਨੂੰਨੀ ਦੱਸਿਆ ਸੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਬੈਚ ਅਸਪਾਰਟਿਸ਼ਨ ਤੇ ਸੁਣਵਾਈ ਹੋਈ ਇਸ ਦੌਰਾਨ ਪੰਜਾਬ ਸਰਕਾਰ ਨੇ ਆਪਣਾ ਜਵਾਬ ਦਾਇਰ ਕਰਦਿਆਂ ਕਿਹਾ ਕਿ ਕਿਸੇ ਦੀ ਜਾਨ ਮਾਲ ਦੀ ਸੁਰੱਖਿਆ ਦਾ ਸੰਵਿਧਾਨਕ ਅਧਿਕਾਰ ਜ਼ਰੂਰੀ ਹੈ ਪਰ ਇਸ ਲਈ ਸੁਬੇ ਦੀ ਕਾਨੂੰਨ ਬਵਸਤਾ ਨੂੰ ਦਾਅਤੇ ਨਹੀਂ ਲਾਇਆ ਜਾ ਸਕਦਾ ਹਾਈ ਕੋਰਟ ਨੇ ਸਾਰੀਆਂ ਤਰ੍ਹਾਂ ਨੂੰ ਸਰਨਤ ਬਾਦ ਕਲਸੀ ਦੇ ਪਟੀਸ਼ਨ ਰੱਦ ਕਰ ਦਿੱਤੀ ਹੈ ਅਗਲੀ ਖਬਰ ਹੈ ਮੀਟਾ ਸ਼ਰਾਵਦੀਆਂ ਦੁਕਾਨਾਂ ਹੁਣਗੀਆਂ ਬੰਦ ਦਾ ਪ੍ਰਸ਼ਾਸਨ ਨੇ ਸੁਨਾਇਆ ਇਹ ਫੈਸਲਾ ਦੁਨੀਆ ਭਰ ਦੇ ਵਿੱਚ 27 ਨਵੰਬਰ ਨੂੰ ਪਹਿਲੇ ਪਾਰਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਤੇ ਅਜਿਹੀਆਂ ਹੀ ਰੌਣਕਾਂ ਪੰਜਾਬ ਭਰ ਦੇ ਵਿੱਚ ਹੁਣ ਜਾਰੀਆਂ ਹਨ ਤੇ ਹਰ ਜ਼ਿਲ੍ਹਾ ਪ੍ਰਸ਼ਾਸਨ ਆਪ ਆਪਣੇ ਪੱਧਰ ਤੇ ਤਿਆਰੀਆਂ ਕਰ ਰਿਹਾ ਜ਼ਿਲ੍ਹਾ ਮੈਂ ਅਜੇ ਸਟੇਟ ਆਕਾਮ ਡੈਪਟੀ ਕਮਿਸ਼ਨਰ ਬሸਸ਼ ਸਰੰਗਲ ਦੇ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧਿਤ ਵਾਕਵਾਖਾ ਧਾਰਮਿਕ ਜਥੇਬੰਦੀਆਂ ਦੇ ਵੱਲੋਂ ਸੁਝਾਏ ਜਾ ਰਹੇ ਨਗਰ ਕੀਰਤਨ ਮੌਕੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਫੌਜਦਾਰੀ ਜਾਵਤਾ ਸੰਗਤਾ ਦੀ ਧਾਰਾ 143 ਦੇ ਅਧੀਨਾਂ ਪ੍ਰਾਪਤ ਅਧਿਕਾਰਨੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਜਲੰਧਰ ਦੇ ਵਿੱਚ 25 11 2023 ਨੂੰ ਨਗਰ ਕੀਰਤਨ ਦੇ ਰਸਤੇ ਤੇ ਧਾਰਮਿਕ ਸਮਾਗਮ ਵਾਲੀ ਜਗ੍ਹਾ ਦੇ ਨੇੜੇ ਮੀਟਾ ਤੇ ਸ਼ਰਾਬ ਦੀ ਵਿਕਰੀ ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਅਗਲੀ ਖਬਰ ਹੈ ਜੇਲ੍ਹ ਤੋਂ ਬਾਹਰ ਆਉਂਦਾ ਹੀ ਰਾਮ ਰਹੀਮ ਨੇ ਜਾਰੀ ਕੀਤਾ ਪਹਿਲਾ ਵੀਡੀਓ ਸੰਦੇਸ਼। ਸ਼ਰਧਾਲੂਆਂ ਨੂੰ ਕੀਤੀ ਇਹ ਅਪੀਲ। ਜੇਲ੍ਹ ਤੋਂ 21 ਦਿਨਾਂ ਦੇ ਫਰਲੋ ਤੇ ਬਾਹਰ ਆਉਣ ਤੋਂ ਬਾਅਦ ਡੇਰਾ ਸਰਸਮੁਖੀ ਗਰਮੀਤਾ ਰਾਮ ਰਹੀਮ ਦਾ ਪਹਿਲਾ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ਦੇ ਵਿੱਚ ਉਹ ਆਪਣੇ ਡੇਰਾ ਸਮਰਥਕਾਂ ਨੂੰ ਉੱਤਰ ਪ੍ਰਦੇਸ਼ ਯੂਪੀ ਨਾ ਆਉਂਦੇ ਅਪੀਲ ਕਰਦੇ ਨਜ਼ਰ ਆ ਰਹੇ ਹਨ ਤੇ ਐਮ ਐਸ ਜੀਪ ਭੰਡਾਰੇ ਦੀਆਂ ਸੰਗਤਾਂ ਨੂੰ ਸ਼ੁਭ ਕਾਮਨਾਵਾਂ ਦੇਣ ਤੋਂ ਬਾਅਦ ਰਾਮ ਰਹੀਮ ਨੇ ਸਮਰਥਕਾਂ ਨੂੰ ਅਪੀਲ ਕੀਤਾ ਕਿ ਜਿੱਤੇ ਵੀ ਜ਼ਿੰਮੇਵਾਰੀ ਜ਼ਿੰਮੇਵਾਰ ਸੱਜਣਾਂ ਤੁਹਾਨੂੰ ਕਹਿਣਾ ਤੁਸੀਂ ਅਸ ਅਨੁਸਾਰ ਹੀ ਰਹਿਣਾ ਤੇ ਅਸ ਅਨੁਸਾਰ ਹੀ ਤੁਸੀਂ ਚੱਲਣਾ ਰਾਮ ਰਹੀਮ ਨੇ ਕਹਿ ਕੇ ਤੁਸੀਂ ਪਹਿਲਾਂ ਵੀ ਅਮਲ ਕੀਤਾ ਤੇ ਇਸ ਵਾਰ ਵੀ ਪੂਰਾ ਭਰੋਸਾ ਹੈ ਕਿ ਤੁਸੀਂ ਪੂਰੇ ਤਰ੍ਹਾਂ ਅਮਲ ਕਰੋਗੇ ਚੰਡੀਗੜ੍ਹ ਦੇ ਕਲਾਕਾਰ ਦੀ ਰਾਤੋ ਰਾਤ ਚਮਕੀ ਕਿਸਮਤ ਨਿਕਲੀ 22 ਕਰੋੜ ਰੁਪਏ ਦੀ ਲਾਟਰੀ ਚੰਡੀਗੜਾ ਨਿਵਾਸੀ ਬਨੋਦਾਏ ਸ਼ਰਮਾ ਜੋ ਕਿ ਪੇਸ਼ੇਵਰ ਕਲਾਕਾਰ ਦੀ ਰਾਤੋ ਰਾਤ ਕਿਸਮਤ ਚਮਕ ਗਈ ਆ ਉਹਨਾਂ ਦੇ ਪੰਜਾਬ ਸਟੇਟ ਲਾਟਰੀ ਦਾ ਬੰਪਰ ਪ੍ਰਾਈਜ਼ 22 ਕਰੋੜ ਰੁਪਏ ਨਿਕਲਿਆ ਤੇ ਇਸ ਬੰਦੇ ਜਾਣਕਾਰ ਦਿੰਦੇ ਹੋਏ ਬਨੋਦਾਏ ਸ਼ਰਮਾ ਦਾ ਸਾਹਕੇ ਉਹਨਾਂ ਦੇ ਵੱਲੋਂ ਮਹਾਲੀ ਦੇ ਫੇਜ਼ ਯਾ ਦੋਸਤ ਹੈ ਤਾਂ ਇੱਕਾ ਫੜੀ ਵਾਲੇ ਤੋਂ ਇੱਕਾ ਇਹ ਲਾਟਰੀ ਦਾ ਨੰਬਰ ਹੈ ਟੈਕਟਾ ਖਰੀਦਾ ਗਿਆ ਸੀ ਲਾਟਰੀ ਨਿਕਲਣ ਮਗਰੋਂ ਉਸ ਦੇ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਤੇ ਕਰ ਬਧਾਈਆਂ ਦਿਨ ਵਾਲਿਆਂ ਦਾ ਤਨਤਾ ਲੱਗਿਆ ਹੋਇਆ ਹੈ ਅਗਲੀ ਖਬਰ ਹੈ ਪੰਜਾਬ ਦੇ ਵਿੱਚ ਲੇਬਰ ਕੋਲੋਂ ਕੰਮ ਕਰਵਾਉਣ ਦੇ ਘੰਟੇ ਤੇ ਓਵਰ ਟਾਈਮ ਕਰਵਾਉਣ ਤੇ ਦੇਣੀ ਪਵੇਗੀ ਦੁੱਗਣੀ ਤਨਖਾਹ ਪੰਜਾਬ ਦੇ ਵਿੱਚ ਮਜ਼ਦੂਰਾਂ ਦੇ ਕੰਮ ਦੇ ਘੰਟੇ ਬਾਰੇ ਸਰਕਾਰ ਨੇ ਹਾਕਮ ਜਾਰੀ ਕਰ ਦਿੱਤੇ ਹਨ ਤੇ ਹਾਲ ਹੀ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਆਇਆ ਪੱਤਰ ਦੇ ਵਿੱਚ ਮਿਹਨਤਾਂ ਦੇ ਕੰਮ ਕਰਨ ਦੇ 12 ਘੰਟੇ ਦੱਸੇ ਗਏ ਸਨ ਜਿਸ ਨੂੰ ਪੰਜਾਬ ਸਰਕਾਰ ਨੇ ਸੋਧਾ ਕਰਕੇ 8 ਘੰਟੇ ਤੱਕ ਕਰ ਦਿੱਤਾ ਹੈ ਪੰਜਾਬ ਸਰਕਾਰ ਨੇ ਇਸ ਸਬੰਧੇ ਸਪਸ਼ਟਿਕਰਨ ਜਾਰੀ ਕਰਦਿਆ ਹੈ ਕਿ ਹਾਲ ਹੀ ਦੇ ਵਿੱਚ ਜਾਰੀ ਕੀਤੇ ਗਏ ਪੱਤਰ ਦੀ ਗਲਤ ਵਿਆਖਿਆ ਕੀਤੀ ਗਈ ਹੈ ਕੰਮ ਦੇ ਘੰਟਿਆਂ ਬਾਰੇ ਤਾਜ਼ਾ ਚਿੰਤਾਵਾਂ ਅਤੇ ਗਲਤ ਵਿਆਖਿਆਵਾਂ ਦੇ ਵਿਚਕਾਰ ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਇੱਕ ਵਿਆਪਕਾ ਸਪਸ਼ਟਿਕਾਨ ਜਾਰੀ ਕਰਕੇ ਪੰਬਲਪੂਸੇ ਨੂੰ ਦੂਰ ਕਰਨਾ ਤੇ ਫੈਕਟਰੀ ਐਕਟ 1948 ਦੇ ਅਨੁਸਾਰ ਦਰਸਾਏ ਦੇਸ਼ ਨਿਰਦੇਸ਼ਾਂ ਦੇ ਸਪਸ਼ਟ ਸਮਝ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ ਦੱਸਦੇ ਕਿ ਜਾਰੀ ਕੀਤੇ ਗਏ ਪੱਤਰ ਦੇ ਪਹਿਲੇ ਪੁਆਇੰਟ ਦੇ ਵਿੱਚ ਆ ਕਿਹਾ ਗਿਆ ਸੀ ਕਿ ਕੰਮ ਵਾਲੇ ਦਿਨ ਵਿੱਚ ਇੱਕ ਤੋਂ ਵੱਧ ਕਰਮਚਾਰੀਗਣ ਨੂੰ 12 ਘੰਟੇ ਕੰਮ ਕਰਨ ਦੇ ਲਈ ਬਣਾਇਆ ਜਾ ਸਕਦਾ ਜੋ ਕਿ ਗਲਤ ਸੀ ਜ਼ਿਕਰ ਕੋਈ ਮਜ਼ਦੂਰ 8 ਘੰਟੇ ਤੋਂ ਬਾਅਦ ਕੰਮ ਕਰਨਾ ਚਾਹੁੰਦਾ ਹੈ ਤਾਂ ਉਹ ਆਪਣੀ ਮਰਜ਼ੀ ਦੇ ਨਾਲ ਅਜਿਹਾ ਕਰੇਗਾ ਪਰ ਮਾਲਕ ਉਸਤੇ ਦਬਾਅ ਨਹੀਂ ਪਾ ਸਕਦਾ ਉਦਾਹਰਨ ਦੇ ਤੌਰ ਤੇ ਜੇਕਰ ਇੱਕ ਮਜ਼ਦੂਰ ਨੂੰ 8 ਘੰਟੇ ਦੇ 400 ਰੁਪਏ ਦਿਹਾੜੀ ਮਿਲਦੀ ਹੈ ਤਾਂ ਉਸ ਨੂੰ ਲਗਭਗ 800 ਰੁਪਏ ਦਿਹਾੜੀ ਮਿਲੇਗੀ ਓਵਰਟਾਈਮ ਦੇ ਅਲੱਗ ਤੋਂ ਦਿੱਤੇ ਜਾਣਗੇ ਕੈਨੇਡੀਅਨ ਨਾਗਰਿਕਨਾਂ ਦੇ ਲਈ ਵੱਡੀ ਖੁਸ਼ਖਬਰੀ ਭਾਰਤ ਨੇ ਮੌਡ ਸ਼ੁਰੂ ਕੀਤੀ ਈ ਵੀਜ਼ਾ ਸਰਵਿਸ ਕੈਨੇਡਾ ਦੇ ਵਿੱਚ ਗਰਮ ਖਿਆਲੀ ਰਦੀਪ ਸਿੰਘਾ ਨੱਜਰ ਦੇ ਮਾਰੇ ਜਾਣ ਤੋਂ ਬਾਅਦ ਦਾ ਭਾਰਤ ਅਤੇ ਕੈਨੇਡਾ ਵਿਚਾਲੇ ਕੂਟਨੀਤਕ ਤਣਾਅ ਕਾਫੀ ਵੱਧ ਗਿਆ ਸੀ ਜਿਸ ਤੋਂ ਬਾਅਦ ਭਾਰਤ ਨੇ ਕੈਨੇਡੀਅਨਾਂ ਦੇ ਲਈ ਈ ਵੀਜ਼ਾ ਸੇਵਾਵਾਂ ਮੋਤਲ ਕਰ ਦਿੱਤਾਂ ਸਨ ਪਰ ਕੂਟਨੀਤਕ ਵਿਵਾਦ ਦੇ ਵਿਚਕਾਰ ਤੋਂ ਬਾਅਦ 2 ਮਹੀਨਿਆਂ ਦੇ ਬ੍ਰਾਂਮ ਤੋਂ ਬਾਅਦ ਭਾਰਤ ਨੇ ਕੈਨੇਡੀਅਨਾਂ ਦੇ ਲਈ ਈ ਵੀਜ਼ਾ ਸੇਵਾਵਾਂ ਮੋੜ ਸ਼ੁਰੂ ਕਰ ਦਿੱਤਾਂ ਅਤੇ ਇਹ ਜਾਣਕਾਰੀ ਸੂਤਰਾਂ ਦੇ ਹਵਾਲੇ ਦੇ ਨਾਲ ਸਾਹਮਣੇ ਆਈ ਹੈ ਭਾਰਤ ਨੇ ਲਗਭਗ 2 ਮਹੀਨਿਆਂ ਦੇ ਬ੍ਰਾਂਮ ਤੋਂ ਬਾਅਦ ಕನೇಡಿಯನ್ನ ನಾಗರಿಕೆ ಇಲೈಕ್ಟ್ರೋನಿಕೀಜಾ ಸೇವಾ ಶುಕ್ರ